साथ ही सदर थाना पुलिस ने चार लुटेरों को काबू करने में सफलता हासिल की है। ये छह लोगों का गिरोह जो फाजिलका के स्लेम शाह रोड पर लाल किले के आसपास छुपकर पिछले कई दिनों से रह रहे थे, रेड कर चार लोगों को गिरफ्तार करने में सफलता हासिल हुई, जबकि दो लोग भागने में कामयाब हो गए। ये लुटेरा गिरोह सिधवा बेट में एक ATM लूट में भी वांटेड था, जहां उन्होंने करीब 16,50,000 रुपए की लूट की थी। इस ग्रुप के मेंबरों से 3 मोबाइल फोन, 1 चाकू, 2 रॉडे, 1 पिस्टल और 6 कारतूस बरामद हुए हैं। ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ? ਵਾਰਦਾਤ ਨਹੀਂ ਕੋਈ, ਹਾਂਜੀ ਵਾਰਦਾਤ ਨਹੀਂ ਕੋਈ। ਕਿਹਦੇ ਘਰੇ ਰੁਕੇ ਸੀਗੇ? ਮੁੰਡੇ ਹੀ ਰਸਤੇਦਾਰੀ 'ਚ ਨਾਲ ਦੇ। ਕਿਹੜੇ ਪਿੰਡ? ਦਲਾਲਾਬਾਦ ਕੋਲ। ਪੁਲਿਸ ਨੇ ਹਾਂਜੀ ਨਹੀਂ ਪਹਿਲਾਂ ਕਿਹੜੀਆਂ ਵਾਰਦਾਤਾਂ ਕੀਤੀਆਂ? ਕੋਈ ਨਹੀਂ ਜੀ, ਮੈਂ ਫੜਿਆ ਕਿਉਂ, ਪੁਲਿਸ ਨੇ ਕਿਉਂ ਫੜਿਆ? ਪਹਿਲੀ ਆਈ ਆਹ ਪਤਾ ਨਹੀਂ। ਹਾਂਜੀ ਉਹੀ ਅੱਕੀ ਵਾਰ। ਪਿੰਡ ਦਾ ਨੀ ਪਤਾ ਜੀ, ਸਮਾਨ ਪਿੰਡ ਦਾ ਨਾਂ ਨੀ ਪਤਾ ਜੀ। ਕਿੰਨੀ ਡੀਲ ਹੋਈ? ਸਮਾਨ ਜੀ 2 ਗ੍ਰਾਮ ਲੈਣਾ ਸੀਗਾ ਜੀ, ਉਹ ਵੀ ਪੇ ਨੂੰ ਲੈਣਾ ਸੀ ਮੁੰਡੇ ਨੇ। ਸਾਰੀ ਨਸ਼ਾ ਕਰਦੇ? ਨਹੀਂ। ਕੌਣ ਕਰਦਾ? ਇੱਕ ਹੀ ਕਰਦਾ ਜੀ। ਇੰਨੀ ਦੂਰ 2 ਗ੍ਰਾਮ ਹੀ ਲੈਣ ਆਏ ਤੁਸੀਂ? ਇਹ ਕੋਈ ਵਾਰਦਾਤ ਨੂੰ ਇੱਥੇ ਅੰਜਾਮ ਦੇ? ਨਹੀਂ ਵਾਰਦਾਤ ਤਾਂ ਨਹੀਂ ਕੋਈ। ਇਹ ਪਿਸਤੌਲ ਕਿੱਥੋਂ ਮਿਲੀ ਤੁਹਾਨੂੰ? ਕਿੱਥੋਂ ਲੈਂਦੀ? ਕੌਣ ਦਿੰਦਾ ਸੀ? ਤੂੰ ਪਿੰਨਾ? ਹਾਂਜੀ ਹਾਂਜੀ। ਪਿਸਤੌਲ ਕਿੱਥੋਂ ਲਿਆਂਦੀ ਸੀ? ਗੋਪੀ ਕੋਲ ਤੋਂ ਮੰਗਾਇਆ ਸੀ। ਅੱਛਾ, ਸਸਤਾ ਦਿੰਦਾ ਸੀ ਤਾਂ ਕਰਕੇ ਲੜਿਆ। ਕਹਿੰਦਾ ਕੰਮ ਹੀ ਕਹਿੰਦਾ ਸੀ ਮੇਰਾ ਇਹ ਆ ਜੀ। ਉਹਨਾਂ ਦਾ 20 ਦਾ ਜੀ। ਗੋਲੀ ਤੂੰ ਚਲਾਈ ਸੀ? ਗੋਲੀ ਕੋਈ ਨੀ ਚਲਾਈ ਜੀ, ਪਤਾ ਹੀ ਨਹੀਂ ਸੀਗਾ ਜੀ ਕਿੱਦਾਂ ਦਾ। ਸਬ ਇੰਸਪੈਕਟਰ ਕਿਸ਼ੋਰ ਚੰਦ ਜਿਹੜੇ ਐਡੀਸ਼ਨਲ SHO ਥਾਣਾ ਸਦਰ ਫਾਜ਼ਿਲਕਾ ਨੇ, ਇਹਨਾਂ ਨੇ ਲਾਲ ਕਿਲ੍ਹਾ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਇਹਨਾਂ ਨੂੰ ਮੁਖਬਰੀ ਮਿਲੀ ਕਿ ਸਿੰਧਮਾ ਬੇਟ ਏਰੀਏ ਦੇ ਜਿਹੜੇ ਲਟੇਰੇ ਨੇ ਸੁਖਚੈਨ ਸਿੰਘ, ਰਾਜ ਕੁਮਾਰ, ਕੁਲਦੀਪ, ਆਕਾਸ਼ਦੀਪ, ਸੁਨੀਲ ਅਤੇ ਗੁਰਵਿੰਦਰ ਅੱਜ ਨਸ਼ੇ ਜਿਹੜਾ ਸੇਮ ਨਾਲਾ ਉਹਦੇ ਨਜ਼ਦੀਕ ਇਕੱਠੇ ਹੋਏ ਨੇ ਅਤੇ ਲੁੱਟ ਖੋ ਕਰਨ ਦੀ ਤਿਆਰੀ ਕਰ ਰਹੇ ਨੇ। ਜਿਸਦੇ ਸੰਬੰਧ ਵਿੱਚ ਉਹਨੇ FIR ਨੰਬਰ 156 ਅੰਡਰ ਸੈਕਸ਼ਨ 393, 402, 2549 ਆਰਮਸ ਐਕਟ ਅਤੇ 21 NDP ਸੈਕਟ ਦਰਜ ਕਰਕੇ ਤਫਤੀਸ਼ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਕੋਲੋਂ 1 ਪਿਸਟਲ 32 ਬੋਰ, 6 ਕਾਰਤੂਸ ਨੇ, 1 ਇਹਨਾਂ ਕੋਲ ਕਿਰਚ ਨੇ, 2 ਲੋਹੇ ਦੀਆਂ ਰੌੜਾਂ ਨੇ ਅਤੇ 3 ਮੋਬਾਈਲ ਜਿਹੜੇ ਬਰਾਮਦ ਕੀਤੇ ਨੇ। ਇਹ ਸਾਡੇ ਫਾਜ਼ਿਲਕਾ ਦੇ ਵਿੱਚ ਤਾਂ ਜੇ ਤਿਆਰੀ ਸੀ, ਲੇਕਿਨ ਇਹਨਾਂ ਨੇ ਜਿਹੜਾ ਸਿਨਮਾ ਬੇਟ ਥਾਣਾ ਉਸਦੇ ਏਰੀਏ 'ਚ 6 ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੋਈਆਂ ਨੇ, ਜਿਨ੍ਹਾਂ 'ਚੋਂ ਇਹ 3 ਵਾਰਦਾਤਾਂ 'ਚੋਂ ਭੰਗੌੜੇ ਨੇ। ਇਹਨਾਂ ਕੋਲ ਨਸ਼ਾ ਕੀ ਮਿਲਿਆ? ਨਸ਼ਾ ਨਹੀਂ ਹੀ ਮਿਲਿਆ ਹਜੇ ਕੋਲ ਇਹਨਾਂ ਕੋਲੋਂ, ਪਰ ਇਹਨਾਂ ਦੇ ਜਿਹੜਾ ਰਾਜ ਕੁਮਾਰ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਹੈ, ਉਹਦੇ ਪਹਿਲਾਂ NDP ਸੈਕਟ ਦੇ ਮੁਕੱਦਮੇ ਦਰਜ ਨੇ ਅਤੇ ਮੁਖਬਰੀ ਇਹੀ ਸੀ ਵੀ ਜਿਹੜਾ ਇਹ ਨਸ਼ਾ ਸਪਲਾਈ ਕਰਦੇ ਨੇ। ਫਿਰ ਇਹਨਾਂ ਉੱਤੇ ਨਸ਼ੇ ਦਾ ਵੈਸੇ ਮਾਮਲਾ ਦਰਜ ਕੀਤਾ ਗਿਆ NDPS ਦੇ ਵਿੱਚ? ਹਾਂਜੀ, ਇਹਨਾਂ ਦੇ ਅਗੇਂਸਟ ਜਿਹੜਾ NDPS ਦਾ ਮਾਮਲਾ ਵੀ ਦਰਜ ਕੀਤਾ ਗਿਆ, ਪਰ ਅਜੇ ਰਿਕਵਰੀ ਨਹੀਂ ਹੋਈ ਹੈ। ਇਹਨਾਂ ਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਂਗੇ ਅਤੇ ਅੱਗੇ ਤਫਤੀਸ਼ ਕਰਾਂਗੇ। ਸਰ ਉਹਨਾਂ ਦਾ ਕਹਿਣਾ ਕਿ ਉਹਨਾਂ 'ਚ ਕੋਈ ਮੁੰਡੇ ਨਸ਼ਾ ਕਰਦੇ ਇੱਥੇ ਨਸ਼ਾ ਖਰੀਦਣ ਆਏ ਸੀ? ਹਜੇ ਸਾਡੀ ਤਫਤੀਸ਼ ਵਿੱਚ ਇਹ ਗੱਲ ਨਹੀਂ ਆਏਗੀ, ਜੇ ਇਸ ਤਰ੍ਹਾਂ ਦੀ ਕੋਈ ਗੱਲ ਆਈ ਤਾਂ ਉਹ ਵੀ ਪਤਾ ਲੱਗ ਜਾਏਗਾ। ਜੀ, ਇਹਨਾਂ ਨੇ 16.5 ਲੱਖ ATM ਦੀ ਲੁੱਟ ਕੀਤੀ ਸੀ, ਉਹ ਇਹਨਾਂ ਨੇ ਵੱਖ ਵੱਖ ਦੋਸਤਾਂ ਦੇ ਅਕਾਊਂਟਾਂ 'ਚ ਜਮ੍ਹਾਂ ਕਰਾਏ ਹੋਏ ਨੇ। ਕੁਛ ਇਹਨਾਂ ਦੇ 3 ਸਾਥੀ ਪਕੜੇ ਗਏ ਸੀ, ਇਹ 5 ਜਿਹੜੇ ਭੰਗੌੜੇ ਨੇ, ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ। ਜੇ ਸਾਨੂੰ ਉਹਦੇ 'ਚ ਤਫਤੀਸ਼ ਆ ਗਿਆ ਵੀ ਇਹ ਜਿਹੜੀ ਬੈਂਕ ਦੀ ਲੁੱਟੀ ਹੋਈ ਰਕਮ ਹੈ, ਤਾਂ ਉਹ ਖਾਤੇ ਨੂੰ ਸੀਲ ਕਰ ਦਿੱਤਾ ਜਾਵੇਗਾ। ਸਰ ਇਹ ਕਦੋਂ ਦੀ ਘਟਨਾ ਜਿਹੜੀ ਉਹਨਾਂ ਨੇ ਉੱਥੇ ਜਿਹੜਾ 16.5 ਲੱਖ ATM ਲੁੱਟਿਆ? ਇਹ ਕਰੀਬ 1 ਮਹੀਨਾ ਪਹਿਲਾਂ ਦੀ ਘਟਨਾ ਉੱਥੇ, ਉਸ ਤੋਂ ਹੀ ਲੈ ਕੇ ਭੰਗੌੜੇ ਸੀ
ਅਤੇ ਉਸ ਪੁਲਿਸ ਤੋਂ ਡਰਦੇ ਹੋਏ ਜਿਹੜੇ ਆਪਣੇ ਸਾਡੇ ਏਰੀਏ ਦੇ ਵਿੱਚ ਆ ਕੇ ਇੱਥੇ ਲੁਕੇ ਹੋਏ ਇਹ ਅਜੇ 3-4 ਦਿਨ ਤੋਂ ਹੀ ਇੱਥੇ ਆ ਕੇ ਲੁਕੇ ਹੋਏ ਸੀ ਅਤੇ ਸਾਨੂੰ ਇਹਨਾਂ ਦੀ ਇਤਲਾਹ ਮਿਲ ਗਈ ਪੰਮਾ ਵੱਟੂ ਇਹਨਾਂ ਦਾ ਰੈਲੇਟਿਵ ਹੈ ਕੋਈ ਮਿਸਟਰ ਰਾਜ ਉਹਦੇ ਕੋਲ ਰੁਕੇ ਹੋਏ ਸੀ ਇਹਨਾਂ ਨੇ ਰਿਵਾਲਵਰ ਜਦੋਂ ਪੁਲਿਸ ਨੇ ਰੇਡ ਕੀਤਾ ਕੱਢ ਕੇ ਕੋਸ਼ਿਸ਼ ਕੀਤੀ ਹੈ ਪਰ ਲੇਕਿਨ ਉਹ ਫਾਇਰ ਹੋਇਆ ਨਹੀਂ ਇਹਨਾਂ ਦਾ ਇਹ ਇਹਨਾਂ ਦਾ ਇੱਕ ਦੋਸ਼ੀ ਹੈ ਜਿਹੜਾ ਜੀ ਗੁਰਵਿੰਦਰ ਉਰਫ ਜਿਹੜੇ ਖਲੀ ਕਹਿੰਦੇ ਨੇ ਉਹ ਦੌੜ ਗਿਆ ਫਿਲਹਾਲ ਇਹ ਦੱਸ ਰਹੇ ਵੀ ਉਹ ਲੈ ਕੇ ਆਇਆ ਸੀ ਜਦੋਂ ਅਰੈਸਟ ਉਹਦੀ ਹੋਏਗੀ ਫਿਰ ਪਤਾ ਲੱਗੇਗਾ ਕਿੱਥੋਂ ਲੈ ਕੇ ਆਇਆ ਸੀ ਕੀ ਦੇਖੋ 6 ਮੁਕਦਮੇ ਨੇ ਉਹ ਤਾਂ ਰਜਿਸਟਰਡ ਨੇ ਇਹਨਾਂ ਅਗੇਂਸਟ ਅਤੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਾਂਗੇ ਉਮੀਦ ਹੈ ਵੀ ਕਾਫੀ ਜਿਹੜੇ ਇਹਨਾਂ ਦੀਆਂ ਜਿਹੜੀਆਂ ਵਾਰਦਾਤਾਂ ਟਰੇਸ ਹੋ ਜਾਣਗੀਆਂ ਅਤੇ ਜਿਹੜੇ ਹਨੇਰੇ ਦੇ ਵਿੱਚ ਕੋਈ ਮੀਆਂ ਬੀਬੀ ਜਾ ਰਹੇ ਨੇ ਜਾਂ ਕੋਈ ਮੋਟਰਸਾਈਕਲ ਸਵਾਰ ਆ ਰਿਹਾ ਉਹਨੂੰ ਪਿਸਤੌਲ ਦੀ ਨੋਕ 'ਤੇ ਰੋਕ ਲੈਂਦੇ ਸੀ ਅਤੇ ਉਹਦੇ 'ਚ ਜੋ ਵੀ ਕੁਛ ਹੁੰਦਾ ਸੀ ਉਹ ਤੋਂ ਲੁੱਟ ਲੈਂਦੇ ਸੀ।